ਵਿਧਾਨਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਜਿਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ 12 ਵਿਧਾਨਸਭਾ ਹਲਕਿਆਂ ਦੇ ਮੁੱਖ ਸੇਵਾਦਾਰਾਂ ਦਾ ਐਲਾਨ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵਿਧਾਨਸਭਾ ਹਲਕਾ ਨਾਭਾ ਤੋਂ ਬਾਬੂ ਕਬੀਰ ਦਾਸ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਿੱਥੇ ਬਾਬੂ ਕਬੀਰ ਦਾਸ ਨਾਭਾ ਪਹੁੰਚੇ ਅਤੇ ਅਕਾਲੀ ਵਰਕਰਾਂ ਦੇ ਵਿੱਚ ਖੁਸ਼ੀ ਲਹਿਰ ਦੇਖਣ ਨੂੰ ਮਿਲੀ। ਇਸ ਮੌਕੇ ਵਰਕਰਾਂ ਦੇ ਵੱਲੋਂ ਢੋਲ ਵਜਾ ਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਬਾਬੂ ਕਬੀਰ ਦਾਸ ਨੇ ਪਾਰਟੀ ਪ੍ਰਧਾਨ ਅਤੇ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੂੰ ਜੋ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਮੈਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗਾ। ਇਸ ਮੌਕੇ ਪਾਰਟੀ ਦੇ ਯੂਥ ਦਿਹਾਤੀ ਪ੍ਰਧਾਨ ਪਰਮਜੀਤ ਸਿੰਘ ਧੂਰੀ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਬਾਬੂ ਕਬੀਰ ਦਾਸ ਜੋ ਕਿ ਇੱਕ ਇਮਾਨਦਾਰ ਨੇਤਾ ਹਨ ਉਹਨਾਂ ਨੂੰ ਉਮੀਦਵਾਰ ਐਲਾਨਿਆ ਹੈ। ਸਾਰੇ ਯੂਥ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਅਸੀਂ ਸਾਰਾ ਯੂਥ ਬਾਬੂ ਕਬੀਰ ਦਾਸ ਦਾ ਡਟ ਕੇ ਸਾਥ ਦੇਵਾਂਗੇ ਅਤੇ ਜਿੱਤਾ ਕੇ ਦਿਖਾਵਾਂਗੇ। ਸਭ ਤੋਂ ਪਹਿਲਾਂ ਮੈਂ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਮੇਰੀ ਸੇਵਾ ਦੇਖਦੇ ਹੋਏ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸਾਹਿਬ ਜੀ ਨੇ ਮੈਨੂੰ ਇੱਥੇ ਸੇਵਾ ਕਰਨ ਲਈ ਪੱਕੇ ਤੌਰ 'ਤੇ ਜਿਹੜੀ 22 'ਚ ਇਲੈਕਸ਼ਨ ਲੜ ਲਈ ਆ ਉਹਦੇ ਲਈ ਮੈਨੂੰ ਇੱਥੇ ਆਸ਼ੀਰਵਾਦ ਦਿੱਤਾ ਔਰ ਮੈਂ ਨਾਭੇ ਦੇ ਹਲਕਾ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਕਿ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰਕੇ ਮੇਰੇ ਵੱਲੋਂ ਕੋਈ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਨਹੀਂ ਪਊਗਾ। ਜੋ ਵਾਅਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸੁਖਬੀਰ ਸਿੰਘ ਬਾਦਲ ਜੀ ਨੇ ਸਾਡੇ 13 ਪ੍ਰੋਗਰਾਮ ਜਿਹੜੇ ਉਲੀਕੇ ਆ ਉਹਨਾਂ ਨੂੰ ਅਸੀਂ ਘਰ ਘਰ ਦੇ ਵਿੱਚ ਲੈ ਕੇ ਜਾਵਾਂਗੇ। ਜਿਵੇਂ 50% ਸਾਡੀਆਂ ਇਸਤਰੀਆਂ ਨੂੰ ਨੌਕਰੀਆਂ ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਪੜ੍ਹਨਗੇ ਪਲੱਸ 2 ਤੋਂ ਬਾਅਦ ਉਹਨਾਂ ਨੂੰ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮੈਡੀਕਲ ਕਾਲਜ ਦੇ ਵਿੱਚ ਜਿਹੜੀ ਐਡਮਿਸ਼ਨ ਮਿਲੂਗੀ ਇਹ 33% ਰਾਖਵਾਂਕਰਨ ਹੈ ਔਰ ਇਸੇ ਤਰ੍ਹਾਂ ਜਿਹੜੇ ਨੌਜਵਾਨ ਪੀੜ੍ਹੀ ਦੇ ਬੱਚੇ ਆ ਵਿਦੇਸ਼ਾਂ 'ਚ ਜਾਣਾ ਚਾਹੁੰਦੇ ਆ ਉਹ ਕਰਜ਼ਾ ਲੈ ਕੇ ਕੋਈ ਖੇਤ ਆਪਣਾ ਵੇਚਦਾ ਕੋਈ ਕਰਜ਼ਾ ਲੈਂਦਾ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਸਾਡੇ ਬਾਦਲ ਸਾਹਿਬ ਨੇ 10 ਲੱਖ ਰੁਪਏ ਸਟੂਡੈਂਟ ਕਾਰਡ ਬਣੂਗਾ ਉਹ ਬਗੈਰ ਵਿਆਜ ਤੋਂ ਜਿਹੜੀ ਰਕਮ ਹੈ ਪੰਜਾਬ ਗੌਰਮੈਂਟ ਉਹਦੀ 10 ਲੱਖ ਦੀ ਗਰੰਟੀ ਦੇਊਗੀ ਕੋਈ ਵਿਆਜ ਨਹੀਂ ਲਿਆ ਜਾਊਗਾ ਔਰ ਇਸੇ ਤਰ੍ਹਾਂ 10 ਲੱਖ ਰੁਪਏ ਦਾ ਬੀਮਾ ਔਰ ਇਸੇ ਤਰ੍ਹਾਂ 400 ਯੂਨਿਟ ਬਿਜਲੀ ਦੇ ਫਰੀ ਜਿਹੜੇ ਨੀਲੇ ਕਾਰਡ ਨੇ ਉਹਨਾਂ ਦੇ ਨਾਲ 2000 ਰੁਪਏ ਉਹਨਾਂ ਦੀ ਪੈਨਸ਼ਨ। ਸੋ ਜਿਹੜੇ ਇਹ ਸ਼੍ਰੋਮਣੀ ਅਕਾਲੀ ਬਾਦਲ ਸਾਹਿਬ ਨੇ ਵਾਅਦੇ ਕਰੇ ਹੈ ਅਸੀਂ ਸਾਰੇ ਆਪਣੇ ਸਰਕਲ ਪ੍ਰਧਾਨਾਂ ਦੇ ਜਥੇਬੰਦੀਆਂ ਦੇ ਅੱਜ ਸਾਡੇ ਮੇਨ ਬੰਦੇ ਖੜ੍ਹੇ ਆ ਇਹਨਾਂ ਦੇ ਸਹਿਯੋਗ ਨਾਲ ਪਿੰਡ ਪਿੰਡ ਦੇ ਵਿੱਚ ਜਾ ਕੇ ਅਸੀਂ ਜਿਹੜੀ ਬਾਦਲ ਸਾਹਿਬ ਦੀ ਨੀਤੀ ਹੈ ਉਹ ਲੈ ਕੇ ਜਾਵਾਂਗੇ ਔਰ ਬਹੁਜਨ ਸਮਾਜ ਪਾਰਟੀ ਜਿਹੜੇ ਗੱਠਜੋੜ ਹੈ ਔਰ ਬਾਦਲ ਸਾਹਿਬ ਨੇ 14 ਅਪ੍ਰੈਲ ਨੂੰ ਇਹ ਫੈਸਲਾ ਲੈ ਲਿੱਤੀ ਦਲਿਤ ਡਿਪਟੀ CM ਹੋਊਗਾ ਔਰ ਬਾਅਦ 'ਚ ਹਿੰਦੂ ਡਿਪਟੀ CM ਹੋਊਗਾ। ਮੈਂ ਸਮਝਦਾ ਬਹੁਜਨ ਸਮਾਜ ਪਾਰਟੀ ਦਾ ਡਿਪਟੀ CM ਹੋਣਾ ਔਰ ਹਿੰਦੂਆਂ ਦਾ ਡਿਪਟੀ CM ਹੋਣਾ ਬਾਦਲ ਸਾਹਿਬ ਦਾ ਮੁੱਖ ਮੰਤਰੀ ਬਣਨਾ ਇੱਕ ਇਹ ਸੈਕੂਲਰ ਤਾਲਮੇਲ ਹੈਗਾ ਜਿਸ 'ਚ ਸਾਰੇ ਧਰਮਾਂ ਦਾ ਸਤਿਕਾਰ ਬਾਦਲ ਸਾਹਿਬ ਕਰਦੇ ਹੈ ਔਰ ਇਸ ਸੋਚ ਨਾਲ ਜਿਹੜਾ ਅਸੀਂ ਚੋਣ ਮੈਦਾਨ ਦੇ ਵਿੱਚ ਜਾਵਾਂਗੇ ਇਹ ਝੰਡੇ ਲੈ ਕੇ ਜਾਵਾਂਗੇ ਔਰ ਜੋ ਕਾਂਗਰਸ ਪਾਰਟੀ ਨੇ ਕੀਤਾ ਤੁਹਾਡੇ ਸਾਹਮਣੇ ਆ ਰੋਜ਼ ਅੱਜ ਪੰਜਾਬ ਦਾ ਹਰ ਇੱਕ ਵਰਗ ਭਾਵਾਂ ਖੇਤ ਮਜ਼ਦੂਰ ਹੋਵੇ ਭਾਵਾਂ ਕਿਸਾਨ ਹੋਵੇ ਭਾਵਾਂ ਇੰਡਸਟਰੀਅਲਿਸਟ ਹੋਵੇ ਭਾਵਾਂ ਵਪਾਰੀ ਹੋਵੇ ਭਾਵਾਂ ਟੀਚਰ ਹੋਣ ਜਿਹੜੇ ਮਰਜ਼ੀ ਵਿਭਾਗ ਦੀ ਗੱਲ ਕਰ ਲਓ ਸਾਰੇ ਵਿਭਾਗ ਅੱਜ ਸੜਕਾਂ 'ਤੇ ਸਰਕਾਰ ਦਾ ਸਿਆਪਾ ਕਰ ਰਹੇ ਹੈ ਔਰ ਆਪਾਂ ਨੇ ਪਿਛਲੇ 10 ਸਾਲ ਦੇਖਿਆ ਬਾਦਲ ਸਾਹਿਬ ਦੀ ਸਰਕਾਰ ਨੂੰ ਜੋ ਵਾਅਦੇ ਉਹਨਾਂ ਨੇ ਕੀਤੇ ਸੀ ਉਹ ਵਾਅਦੇ ਉਹਨਾਂ ਨੇ ਪੂਰੇ ਕੀਤੇ ਹੈ ਔਰ ਹੁਣ ਵੀ ਜੋ ਵਾਅਦੇ ਸਾਡੇ BSP ਔਰ ਸ਼੍ਰੋਮਣੀ ਅਕਾਲੀ ਦਲ ਨੇ ਵਾਅਦੇ ਕੀਤੇ ਨੇ ਉਹ ਵੀ ਵਾਅਦੇ ਅਸੀਂ ਤੁਹਾਨੂੰ ਪੂਰੇ ਕਰਕੇ ਦੇਵਾਂਗੇ। ਸੋ ਮੈਂ ਬਾਦਲ ਸਾਹਿਬ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਨਿਮਾਣੇ ਜੇ ਦਾਸ ਨੂੰ ਇੰਨਾ ਮਾਣ ਬਖਸ਼ ਕੇ ਮੇਰੇ ਤੋਂ ਜਿਹੜੀ ਸੇਵਾ ਕਰਾ ਰਹੇ ਹੈ ਮੈਂ ਤਾਂ ਉਹਨਾਂ ਦਾ ਸੇਵਾਦਾਰ ਹਾਂ ਤੁਹਾਡੇ ਨਾਭੇ ਦੀ ਸੰਗਤ ਦਾ ਸੇਵਾਦਾਰ ਹਾਂ ਜੋ ਵੀ ਮੇਰੀ ਜਿੱਥੇ ਵੀ ਮੈਨੂੰ ਮੇਰੀ ਸੰਗਤ ਨਾਭੇ ਦੀ ਖੜਾ ਕਰੂਗੀ ਜੋ ਇਹਨਾਂ ਦੀਆਂ ਮੰਗਾਂ ਹੋਰ ਵੀ ਹੋਣਗੀਆਂ ਉਹ ਵੀ ਅਸੀਂ ਏਜੰਡੇ 'ਚ ਲੈ ਕੇ ਆਵਾਂਗੇ ਔਰ 13 ਜਿਹੜੇ ਪੁਆਇੰਟ ਹੈ ਇਹ ਤਾਂ ਅਸੀਂ ਲੈ ਕੇ ਜਾ ਹੀ ਰਹੇ ਹਾਂ ਬਹੁਜਨ ਸਮਾਜ ਪਾਰਟੀ ਔਰ ਸਾਰੇ ਸਹਿਯੋਗੀਆਂ ਦੇ ਸਾਡੇ ਜਿਹੜੇ ਹੈਗੇ ਆ ਉਹਨਾਂ ਦੇ ਨਾਲ। ਸੋ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਬਹੁਤ ਕਿਆ ਸਰਾਈਆਂ ਲੋਕ ਲਾਉਂਦੇ ਸੀ ਵੀ ਪਤਾ ਨਹੀਂ ਕੀ ਹੋਜੂ ਪਤਾ ਨਹੀਂ ਕੀ ਹੋਜੂ
पर सानू इस गल का पता सी जो बादल साहब सुखबीर बादल जी कहिंदे आ वो करदे आ उन्हां दी कहनी और करने च कोई फर्क नहीं। सो जो वादे करे हैं असी वो वादे सरकार बनन तो बाद सारे लोगों नूं पूरा करांगे। वाहिगुरू जी का खालसा वाहिगुरू जी की फतेह। पार्टी प्रधान सुखबीर सरदार सुखबीर सिंह जी का धन्यवाद करते हैं जिन्होंने एक ईमानदार ते एक साफ सुथरे शख्स नूं टिकट लानियां इलाके दे विच भी बहुत खुशी की लहर पाई जा रही है। देखो किन्ना इकट्ठा दफ्तर च किवें लोग आए हैं बधाइयां देने वास्ते, सानू भी बहुत खुशी आ। असीं यूथ अकाली दल वल्लों बाऊ कबीरदास जी नूं जितौण वास्ते पार्टी लई दिन दुगनी रात चौगनी मेहनत करांगे ते इस टिकट ते बाऊ कबीरदास जी नूं असीं जितावांगे। सारा यूथ अकाली दल बाऊ कबीरदास जी नूं बधाई दिंदा। सारे इलाके दे विच ही लोग एक वधिया उम्मीदवार नूं टिकट मिलण ते खुशी प्रगट कर रहे हैं। नाभे का विकास नहीं होया, एक इन्होंने हुण पार्टी प्रधान बनाया लोगों नूं जुमले देण वास्ते। सिद्धू वो कह रहा मैं 3 रुपए यूनिट दूंगा जां साडी सरकार आऊगी, उन्हूं ये नहीं पता भी हुण किस दी सरकार आ। साढ़े चार साल तो तैनूं बिजली बोर्ड का मंत्री बनाया हो, तू उदों कुर्सी ते नहीं बैठे आ, उदों दा की बिजली सस्ती देनी आ, हुण तू कह रहा सरकार आउण ते देवांगे, हुण किस दी सरकार आ उहनूं ये नहीं पता भी साडी सरकार आ। हुणे 3 रुपए यूनिट देवे क्यों दे रहा। तो तुसीं नाभे का हाल देख लो, बिल्कुल विकास नहीं। पटियाले सीएम सिटी का विकास नहीं होया, लोगों का विकास कित्थों हो जूगा। बहुत बुरा हाल आ, इस करके लोग अकाली दल नाल जुड़ रहे हैं। बहुत उत्साह लोगों च, आने वाली सरकार श्रोमणी अकाली दल की होगी, जिहड़े लोगों की मूहों आवाज़ आ वह भी अकाली दल के पक्ष च आ रही है। प्रधान सुखबीर सिंह बादल जी का धन्यवाद करना चाहना जिन्होंने नाभा हलका बाबू कबीरदास जी ने टिकट दी। तो जदों ही खबर नाभे के लोगों को पता लग्या तो उन्होंने खुशी का लहर दौड़ पी, देख ही सकते हैं सारे नाभे के खुशी लहर दौड़ी हुई है। तो बाबू कबीरदास जी ने नाभे की जनता वोट पा के कामयाब बड़ी जितना लीड होगी। आवाज़ कम टीवी नाभा तो पत्रकार तरुण मेहता की रिपोर्ट।